ਇਹਦਾ ਚ ਪੰਜਾਬੀ ਟਰੱਕ ਡਰਾਈਵਰ ਦਾ ਬੇहद ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਵੱਡਾ ਪੰਗਾ ਪਿਆ ਹੋਇਆ ਹੈ ਕਿਉਂਕਿ ਟਰੱਕ ਦੇ ਵਿੱਚੋਂ ਸ਼ਰਾਬ ਦੀ ਬੋਤਲ ਮਿਲੀ ਏ ਜਿਸ ਤੋਂ ਬਾਅਦ ਕੈਨੇਡਾ ਦੇ ਗੋਰੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਕਰ ਰਹੇ ਨੇ ਕਿ ਕੈਨੇਡਾ ਚ ਹੁਣ ਨਵੇਂ ਡਰਾਈਵਰ ਆ ਚੁੱਕੇ ਨੇ ਜਿਨ੍ਹਾਂ ਨੂੰ ਇਲ ਦਾ ਕੁੱਕੜ ਵੀ ਨਹੀਂ ਆਉਂਦਾ ਤੇ ਇਹ ਚੱਪਲਾਂ ਪਾ ਕੇ ਟਰੱਕ ਚਲਾਉਂਦੇ ਨੇ ਇਹ ਟਿੱਪਣੀਆਂ ਕੈਨੇਡਾ ਦੇ ਗੋਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਐਕਸੀਡੈਂਟ ਤੇ ਜੋ ਪੰਜਾਬੀ ਟਰੱਕ ਡਰਾਈਵਰ ਦਾ ਹੋਇਆ ਹੈ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ 'ਚ ਕਿਸੇ ਦੀ ਜਾਨ ਤਾਂ ਨਹੀਂ ਗਈ ਪਰ ਕੈਨੇਡੀਅਨ ਜ਼ਰੂਰ ਪੰਜਾਬੀ ਟਰੱਕ ਡਰਾਈਵਰ ਤੇ ਭੜਕੇ ਪਏ ਨੇ ਕਿਉਂਕਿ ਮਿਲੀ ਜਾਣਕਾਰੀ ਮੁਤਾਬਕ ਟਰੱਕ ਦੇ ਵਿੱਚੋਂ ਸ਼ਰਾਬ ਦੀ ਬੋਤਲ ਮਿਲੀ ਏ ਸਨੋ ਦੇ ਵਿੱਚ ਟਰੱਕ ਚਲਾਉਣਾ ਤਾਂ ਵੈਸੇ ਹੀ ਬੜਾ ਰਿਸਕੀ ਕੰਮ ਹੁੰਦਾ ਹੈ ਤੇ ਇਹਨਾਂ ਹਾਲਾਤਾਂ 'ਚ ਵੀ ਜੇ ਕੋਈ ਨਸ਼ਾ ਕਰਕੇ ਡਰਾਈਵਰੀ ਕਰੇਗਾ ਤਾਂ ਫਿਰ ਐਕਸੀਡੈਂਟ ਹੋਣਾ ਤਾਂ ਲਾਜ਼ਮੀ ਹੈ ਐਕਸੀਡੈਂਟ ਵਾਲੀ ਵੀਡੀਓ ਤੇ ਕੈਨੇਡਾ ਦੇ ਗੋਰਿਆਂ ਨੇ ਦੇਸੀਆਂ ਦੇ ਬਾਰੇ 'ਚ ਐਸੀਆਂ ਗੱਲਾਂ ਲਿਖੀਆਂ ਨੇ ਕਿ ਤੁਹਾਨੂੰ ਦੋਸਤੋ ਪੜ੍ਹ ਕੇ ਸੁਣਾ ਨਹੀਂ ਸਕਦੇ ਕਿਉਂਕਿ ਉੱਚੀਆਂ ਨੀਵੇਂ ਸ਼ਬਦ ਬੋਲੇ ਗਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਉਹਨਾਂ ਨੇ ਪੰਜਾਬੀ ਡਰਾਈਵਰਾਂ ਨੂੰ ਮੰਦਾ ਚੰਗਾ ਬੋਲਿਆ ਹੈ ਤੇ ਜੇ ਗੱਲ ਕਰੀਏ ਟਰੱਕ 'ਚੋਂ ਮਿਲੀ ਸ਼ਰਾਬ ਦੀ ਬੋਤਲ ਦੀ ਤਾਂ ਇਹਦੇ ਬਾਰੇ 'ਚ ਤਾਂ ਕਾਫੀ ਜ਼ਿਆਦਾ ਲੋਕਾਂ ਨੇ ਕਿਹਾ ਕਿ ਬੋਤਲ ਟਰੱਕ 'ਚੋਂ ਮਿਲੀ ਏ ਪਰ ਬੋਤਲ ਜੋ ਹੈ ਖੁੱਲੀ ਨਹੀਂ ਸੀ ਬੋਤਲ ਪੂਰੀ ਤਰ੍ਹਾਂ ਸੀਲ ਬੰਦ ਸੀ ਉੱਥੇ ਕਈਆਂ ਦਾ ਕਹਿਣਾ ਹੈ ਕਿ ਬੋਤਲ ਖੁੱਲੀ ਸੀ ਤੇ ਜਿਹੜਾ ਟਰੱਕ ਡਰਾਈਵਰ ਹੈ ਉਸ ਦਾ ਮੈਡੀਕਲ ਕਰਾਉਣ ਲਈ ਉਹਨੂੰ ਪੁਲਿਸ ਹਸਪੀਟਲ ਵੀ ਲੈ ਕੇ ਗਈ ਏ ਸਾਰੀਆਂ ਗੱਲਾਂ ਤੁਹਾਡੇ ਅੱਗੇ ਰੱਖ ਦਿੱਤੀਆਂ ਨੇ ਫੈਸਲਾ ਤੁਸੀਂ ਕਰੋ ਕਿਸ ਦੀ ਗਲਤੀ ਹੈ ਤੇ ਕੀ ਹੋਣਾ ਚਾਹੀਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ।